ਕਾਹਨੂਵਾਲ ਦੇ ਨਜ਼ਦੀਕ ਬੇਟ ਇਲਾਕੇ ਪਿੰਡ ਕੋਟ ਖਾਨ ਮੁਹੰਮਦ ਵਿਖੇ ਬੀਤੇ ਕੱਲ੍ਹ ਆਏ ਤੇਜ਼ ਹਨੇਰੀ ਅਤੇ ਬਰਸਾਤ ਕਾਰਨ ਨੌਜਵਾਨ ਕਿਸਾਨ ਰਾਹੁਲ ਸ਼ਰਮਾ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ। ਇਸ ਮੌਕੇ ਦੇਖੋ ਦਰਦਨਾਕ ਤਸਵੀਰਾਂ ਅਤੇ ਕੀ ਹੈ ਕਹਿਣਾ ਇਸ ਕਿਸਾਨ ਦਾ। ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ। ਦੋਸਤੋ, ਹਮੇਸ਼ਾ ਲੋਕਾਂ ਲਈ ਕੰਮ ਕਰਨਾ ਅਤੇ ਲੋਕਾਂ ਦੇ ਕੰਮ ਆਉਣਾ ਹਮੇਸ਼ਾ ਮੇਰੀ ਇੱਕ ਬਿਰਤੀ ਰਹੀ ਹੈ ਵੀ ਵੱਧ ਤੋਂ ਵੱਧ ਕਿਸੇ ਦੇ ਕੰਮ ਆਇਆ ਜਾ ਸਕੇ ਜਾਂ ਲੋਕਾਂ ਦੇ ਕੰਮ ਕਰਨ ਦਾ ਮੇਰਾ ਆਪਣਾ ਇੱਕ ਸ਼ੌਂਕ ਹੈ, ਪਰ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ। ਜਿਹੜਾ ਕੱਲ੍ਹ ਰਾਤ ਮੀਂਹ ਪਿਆ ਆ ਇਹ ਸਭ ਤੋਂ ਵੱਧ, ਜੇ ਮੈਨੂੰ ਨਹੀਂ ਪਤਾ ਪੰਜਾਬ 'ਚ ਕਿੱਥੇ ਹੋਰ, ਪਰ ਮੈਨੂੰ ਲੱਗਦਾ ਵੀ ਇਹੋ ਜਿਹਾ ਕਿਤੇ ਹੋਰ ਨੁਕਸਾਨ ਨਹੀਂ ਹੋਇਆ ਹੋਣਾ। ਆਹ ਮੇਰਾ ਸ਼ੈੱਡ ਸੀ, ਮੇਰੇ ਫਾਦਰ ਸਾਹਿਬ ਨੇ ਬਣਾਇਆ ਸੀ, ਬੜੇ ਮਿਹਨਤ ਨਾਲ ਸ਼ੈੱਡ ਬਣਾਇਆ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਰਾਤ ਦਾ ਤੈਸ਼ ਨੈਸ਼ ਮੇਰਾ ਉਹ 70-80 ਲੱਖ ਰੁਪਏ ਦਾ ਸ਼ੈੱਡ ਜਿਹੜਾ ਰਾਤ ਦਾ ਸਾਰਾ ਟੁੱਟ ਗਿਆ, ਸਾਰੀਆਂ ਟੀਨਾਂ ਟੂਨਾਂ ਸਭ ਉੱਡ ਗਈਆਂ ਆ। ਪਤਾ ਨਹੀਂ ਪਰਮਾਤਮਾ ਨੇ ਕੀ ਇਹ ਕਰੋਪੀ ਕੀਤੀ ਆ, ਵਿਖਾ ਦੇ ਸਾਰਾ ਯਾਰ। ਆ ਕੰਧਾਂ ਵੀ ਸਾਰੀਆਂ ਟੁੱਟ ਗਈਆਂ ਮੇਰਾ ਵੀ, ਆ ਸਵੇਰ ਦੀਆਂ ਟਰਾਲੀਆਂ ਟਰੂਲੀਆਂ ਜੋ ਵਿੱਚ ਸਮਾਨ ਸੀ ਸਾਰਾ ਨੱਪਿਆ ਗਿਆ, ਕੰਧਾਂ ਵੀ ਟੁੱਟ ਗਈਆਂ ਸਾਰੀਆਂ। ਰਾਤ ਪਤਾ ਨਹੀਂ ਬਿਜਲੀ ਪਈ ਆ ਜਾਂ ਕੀ, ਇੰਨੀ ਹਨੇਰੀ ਝੱਖੜ ਜਿਹੜਾ ਆਇਆ ਆ। ਅਤੇ ਆਹ ਮੇਰਾ ਸਮਾਨ ਸਾਰੇ ਲੱਗੇ ਸੀ ਅੰਦਰ ਮੇਰੇ, ਸੰਦਰ ਮੰਦਰ, ਆ ਟਰੈਕਟਰ ਟਰਾਲੀਆਂ, ਹਜੇ ਡੰਗਰ ਅਸੀਂ ਹਜੇ ਬਾਹਰ ਬੰਨੇ ਸੀ ਰਾਤ ਵੀ, 4-5 ਜਿਹੜੇ ਸਾਡੇ ਹੈਗੇ ਵੀ ਬਾਹਰ ਬੰਨੇ, ਦੂਸਰੀ ਵੱਡੀਆਂ ਗੱਡੀਆਂ ਲੱਗੀਆਂ ਵੀ। ਇਹ ਵੀਰੋ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਇਕੱਲਾ ਮੇਰਾ ਸ਼ੈੱਡ ਨਹੀਂ, ਮੇਰੇ ਇਲਾਕੇ ਦੇ ਕਿਸੇ ਬੰਦੇ ਨੂੰ ਪੁੱਛ ਲਿਓ ਵੀ ਇਹ ਘੱਟੋ ਘੱਟ 8-10 ਪਿੰਡਾਂ ਦਾ ਸਾਂਝਾ ਸ਼ੈੱਡ ਸੀ, ਜ਼ਿਮੀਂਦਾਰਾਂ ਦਾ, ਕਿਸਾਨ ਭਰਾਵਾਂ ਦਾ ਸਾਂਝਾ ਸ਼ੈੱਡ ਸੀ। ਕਦੀ ਇੱਥੇ ਕਦੀ ਅਸੀਂ ਕਦੀ ਕਿਸੇ ਨੂੰ ਨਾ ਹੀ ਨਹੀਂ ਕਹੀ ਬਈ ਜਿਹਨੇ ਮਰਜ਼ੀ ਆ ਕੇ, ਇੱਥੋਂ ਤੱਕ ਕਿ ਮੈਂ ਖੁਦ ਆਪਣੇ ਪਿੰਡ ਦੇ ਘੱਟੋ ਘੱਟ 20-25 ਜਿਹੜੇ ਵਿਆਹ ਜਿਹੜੇ ਇਸ ਸ਼ੈੱਡ ਦੇ ਵਿੱਚ